ਕੰਨਿਆ ਆਸ਼ਰਮ ਖਰੜ ਵਾਲਿਆਂ ਨੂੰ ਬੇਨਤੀ ਇਹ ਕਰਨ ਲੱਗੀਆਂ, ਸਾਨੂੰ ਪਤਾ ਬਹੁਤ ਵਧੀਆ ਸੇਵਾ ਨਿਭਾ ਰਹੇ, ਬਹੁਤ ਸਾਲਾਂ ਤੋਂ ਨਿਭਾ ਰਹੇ ਹੋ। ਇਹ ਭਾਈ ਸਾਹਿਬ ਪੀ ਜੀ ਆਈ ਦੇ ਵਿੱਚ ਰਹਿੰਦੇ, ਪੀ ਜੀ ਆਈ ਹਸਪਤਾਲ ਬਾਹਰ ਖੜ੍ਹੇ ਇਸ ਟਾਈਮ, ਅਤੇ ਮੰਗਲਵਾਰ ਲੱਗਣ ਸਾਡਾ ਸਵੇਰੇ ਐਮਰਜੈਂਸੀ ਦੇ ਬਾਹਰ ਖੜ੍ਹੇ ਇਸ ਟਾਈਮ। ਇਹ ਬੱਚੀ ਹੈ, ਇਹ ਤੀਜੀ ਕਲਾਸ ਦੇ ਵਿੱਚ ਪੜ੍ਹਨੀ ਹੈ, ਦੂਸਰੀ ਦੇ ਵਿੱਚ ਪੜ੍ਹਨੀ ਹੈ। ਉੱਥੇ ਬਹੁਤ ਵਧੀਆ ਸੇਵਾ ਕਰਦਾ ਕੰਨਿਆ ਆਸ਼ਰਮ ਹੈ ਖਰੜ ਦੇ ਵਿੱਚ, ਅਤੇ ਬੱਚੇ ਨੂੰ ਉੱਥੇ ਪਾ ਕੇ ਪੜ੍ਹਾਉਣਾ ਚਾਹੂੰਗੇ, ਅਤੇ ਬਹੁਤ ਵਧੀਆ ਸੇਵਾ, ਸਾਰੀ ਸੇਵਾ ਬੱਚੇ ਦੀ ਸਾਰੀ ਪੜ੍ਹਾਈ ਕਰਾਉਂਦੇ ਕੁੜੀਆਂ ਦੇ ਲਈ, ਸੇਵਾ ਤਾਂ ਬੱਚਾ ਉੱਥੇ ਰਹੇਗਾ, ਉੱਥੇ ਪੜ੍ਹੇਗਾ, ਉੱਥੇ ਉੱਥੇ ਹੀ ਰਹੇਗਾ, ਬਹੁਤ ਵਧੀਆ ਸੇਵਾ ਨਿਭਾਉਂਗੇ। ਮੈਂ ਭਾਜੀ ਉਹਨਾਂ ਨਾਲ ਗੱਲ ਕਰ ਦਿੰਦਾ, ਕਿਉਂਕਿ ਠੀਕ ਹੈ ਜੀ, ਚਾਰਾਂ ਬੱਚੇ ਉੱਧਰ ਉਹ ਇੱਕ ਆਹ ਮੁੰਡਾ ਛੋਟਾ, ਹਾਂ ਮੁੰਡੇ ਦੀ ਮੈਂ ਗੱਲ ਕਰ ਦਿੰਦਾ, ਅਤੇ ਇਹਨਾਂ ਦਾ ਇਲਾਜ ਤਾਂ ਜੀ ਇੱਥੇ ਹੀ ਚੱਲਦਾ ਰਹਿੰਦਾ, ਬਹੁਤ ਲੰਬਾ ਚੱਲਦਾ, ਬਹੁਤ ਲੰਬਾ ਇਲਾਜ ਚੱਲਦਾ ਜੀ, ਸਪਾਈਨਲ ਕੋਰਡ ਇੰਜਰੀ ਹੈ। ਅਤੇ ਆਹ ਬੱਚੀ ਦੇ ਜ਼ਰੂਰ ਬੇਨਤੀ ਕਰ ਰਹੀ ਜੀ, ਇਹ ਬੱਚੀ ਨੂੰ ਪੜ੍ਹਾ ਕੇ, ਇਹ ਬੱਚੇ ਇੱਥੇ ਪੀ ਜੀ ਆਈ ਦੇ ਵਿੱਚ 7-8 ਮਹੀਨੇ ਤੋਂ ਰੋਕ ਰਹੇ ਹਾਂ, ਪਰ ਅੱਗੇ ਵੀ ਜਿੰਨਾ ਟਾਈਮ ਇਹਨਾਂ ਦਾ ਇਲਾਜ ਚੱਲਦਾ ਰਹੇਗਾ ਫਿਰ ਨਾਲ ਇਹ ਰੋਕਦੇ ਰਹਿਣਗੇ। ਬੈਟਰ ਹੈ ਆਪਾਂ ਬੱਚੀ ਦੇ ਲਈ ਸੇਵਾ ਸਹਿਯੋਗ ਨਿਭਾ ਪਾਈਏ ਇਕੱਠੇ ਹੋ ਕੇ, ਨਾ ਸੋ ਕੰਨਿਆ ਆਸ਼ਰਮ ਖਰੜ ਵਾਲਿਆਂ ਨੂੰ ਜ਼ਰੂਰ ਬੇਨਤੀ ਕਰਦੇ ਹਾਂ, ਤੁਸੀਂ ਇਲਾਜ ਦਿਓਗੇ, ਮੈਂ ਭਾਅ ਜੀ ਨਾਲ ਗੱਲ ਵੀ ਕਰ ਦਿੰਦਾ ਫੋਨ 'ਤੇ, ਬੱਚੀ ਸਿਮਰਨ ਦੇ ਲਈ 3rd ਕਲਾਸ ਦੇ ਵਿੱਚ ਹੈ, ਅਤੇ ਉਹ ਬੇਨਤੀ ਕਰਨ ਲੱਗੇ ਜੀ, ਹੈ ਨਾ, ਜ਼ਰੂਰ ਸਹਿਯੋਗ ਕਰਿਓ ਪਲੀਜ਼।